ਮੈਂ 2019 'ਚ ਨਸ਼ਾ ਕਰਨਾ ਸ਼ੁਰੂ ਕੀਤਾ ਸੀ। ਬੀੜੀ, ਕੂਲ ਐਪ, ਚਿੱਟਾ, ਡੋਡੇ, ਏ ਟੂ ਜੈਡ ਸਾਰੇ। ਨਸ਼ਾ ਛਡਾਉਣ ਲਈ ਮੈਨੂੰ ਪਹਿਲਾਂ ਦੁਬਈ ਭੇਜਿਆ। ਦੁਬਈ ਵੀ ਨਹੀਂ ਜਾ ਕੇ ਮੈਂ ਨਸ਼ਾ ਛੱਡਿਆ, ਨਸ਼ਾ ਛਡਾਊ ਕੇਂਦਰ ਰੱਖਿਆ, ਸਿੰਗਾਪੁਰ ਭੇਜਤਾ, ਅਤੇ ਉੱਥੇ ਜਾ ਕੇ ਮੈਂ ਉਦੋਂ ਵੀ ਜ਼ਿਆਦਾ ਨਸ਼ਾ ਕਰਨਾ ਸ਼ੁਰੂ ਕਰਤਾ। ਉੱਥੇ ਆਈਸ, ਸਮੈਕ, ਕੈਪਸੂਲ, ਏ ਟੂ ਜੈਡ ਸਾਰੇ, ਉੱਥੇ ਵੀ ਜ਼ਿਆਦਾ ਨਸ਼ਾ ਕਰਨਾ ਸ਼ੁਰੂ ਕਰਤਾ। ਨਾੜਾਂ ਦੇ ਵਿੱਚ ਇੰਜੈਕਸ਼ਨ ਲਗਾਉਂਦੇ ਸੀ, ਉਹ ਤੁਹਾਡੀਆਂ ਨਾੜਾਂ ਕਿਸ ਤਰ੍ਹਾਂ ਹੋ ਗਈਆਂ ਸੀ ਇੰਜੈਕਸ਼ਨ ਦੇ ਨਾਲ? ਬਲੌਕ ਹੋ ਗਈਆਂ ਹੈਗੀਆਂ ਸਾਰੀਆਂ ਨਾੜਾਂ। ਹਫ਼ਤੇ 'ਚ 4-5 ਵਾਰੀ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦਾ ਸੀ। ਪਾਸਟਰ ਜੀ ਨੇ ਮੇਰੇ ਜੂਮ 'ਤੇ ਬਲਡ ਬੋਲੇ, ਇਕਦਮ ਮੇਰੇ ਸਰੀਰ 'ਚੋਂ ਸਾਮਰਥੀ ਅੱਗ ਨਿਕਲੀ। ਜਦੋਂ ਅਗਲੇ ਦਿਨ ਸਵੇਰ ਨੂੰ ਉੱਠਿਆ ਅਤੇ ਇਕਦਮ ਮੈਂ ਟੋਟਲੀ ਚੇਂਜ ਹੋ ਗਿਆ ਸੀਗਾ। ਕੀ ਨਾਮ ਹੈ ਤੁਹਾਡਾ, ਦੱਸੋ? ਵਿਸ਼ਾਲ। ਕਿੱਥੋਂ ਆਏ ਹੋ ਤੁਸੀਂ? ਸਮਰਾਏ। ਆਪਣੀ ਟੈਸਟੀਮਨੀ ਨੂੰ ਦੱਸੋ। ਮੇਰੀ ਟੈਸਟੀਮਨੀ ਇਹ ਆ, ਮੈਂ 2019 'ਚ ਨਸ਼ਾ ਕਰਨਾ ਸ਼ੁਰੂ ਕੀਤਾ ਸੀ। ਕਿਸ ਕਿਸ ਚੀਜ਼ ਦਾ ਤੁਸੀਂ ਨਸ਼ਾ ਕਰਦੇ ਸੀ? ਬੀੜੀ, ਕੂਲ ਐਪ, ਚਿੱਟਾ, ਡੋਡੇ, ਏ ਟੂ ਜੈਡ ਸਾਰੇ। ਔਰ 2019 'ਚ ਤੁਸੀਂ ਜਦੋਂ ਨਸ਼ਾ ਕਰਨਾ ਸਟਾਰਟ ਕੀਤਾ ਤਾਂ ਤੁਸੀਂ ਇੱਕ ਦਿਨ 'ਚ ਕਿੰਨੇ ਬੀੜੀਆਂ ਦੇ ਬੰਡਲ ਤੁਸੀਂ ਪੀਂਦੇ ਸੀ? 4-5। ਫਰੈਂਡ ਸਰਕਲ ਜਿਹੜਾ ਸੀਗਾ ਉਹ ਅੱਛਾ ਨਹੀਂ ਸੀਗਾ, ਔਰ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਡੋਡਿਆਂ ਦਾ ਨਸ਼ਾ ਕਰਨਾ ਸਟਾਰਟ ਕਰ ਦਿੱਤਾ ਜੀ। ਔਰ ਤੁਸੀਂ ਕਿੰਨੇ ਕਿੰਨੇ ਡੋਡਿਆਂ ਦਾ, ਮਤਲਬ ਕਿੰਨਾ ਕਿੰਨਾ ਨਸ਼ਾ ਲੈਂਦੇ ਸੀਗੇ? 1 ਕੱਪ। ਔਰ ਉਸ ਤੋਂ ਬਾਅਦ ਤੁਸੀਂ ਦੱਸਿਆ ਕਿ ਤੁਸੀਂ ਚਿੱਟੇ ਦਾ ਨਸ਼ਾ ਕਰਨਾ ਸਟਾਰਟ ਕਰ ਦਿੱਤਾ। ਹਾਂਜੀ, ਚਿੱਟੇ ਦੇ ਟੀਕੇ। ਔਰ ਆਪਾਂ ਦੇਖ ਸਕਦੇ ਹਾਂ ਇਹਨਾਂ ਦੀ ਲਾਈਫ ਨੂੰ ਕਿ ਕਿੰਨਾ ਇਹ ਨਸ਼ਾ ਕਰਦੇ ਸੀ। ਉਸ ਤੋਂ ਬਾਅਦ ਇਹਨਾਂ ਨੇ ਇੰਜੈਕਸ਼ਨ ਲਗਾਉਣੇ ਸਟਾਰਟ ਕੀਤੇ। ਕਿੰਨੇ ਕਿੰਨੇ ਤੁਸੀਂ ਇੰਜੈਕਸ਼ਨ ਲਗਾਉਂਦੇ ਸੀਗੇ? 4-5। ਨਾੜਾਂ ਦੇ ਵਿੱਚ ਇੰਜੈਕਸ਼ਨ ਲਗਾਉਂਦੇ ਸੀ, ਉਹ ਤੁਹਾਡੀਆਂ ਨਾੜਾਂ ਕਿਸ ਤਰ੍ਹਾਂ ਹੋ ਗਈਆਂ ਸੀ ਇੰਜੈਕਸ਼ਨ ਦੇ ਨਾਲ? ਬਲੌਕ ਹੋ ਗਈਆਂ ਹੈਗੀਆਂ ਸਾਰੀਆਂ ਨਾੜਾਂ। ਨਸ਼ੇ ਦੇ ਨਾਲ ਪੂਰੇ ਜਕੜੇ ਹੋਏ ਇਸੇ ਤਰ੍ਹਾਂ ਇਹ ਰਹਿੰਦੇ ਹੁੰਦੇ ਸੀ, ਇਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ ਸੀਗਾ। ਔਰ ਇਹ ਦੱਸ ਰਹੇ ਆ ਕਿ ਇਹਨਾਂ ਦਾ ਨਸ਼ਾ ਇੰਨਾ ਜ਼ਿਆਦਾ ਵੱਧ ਚੁੱਕਾ ਸੀਗਾ। ਦਿਨ 'ਚ ਤੁਸੀਂ ਕਿੰਨੇ ਦਾ ਨਸ਼ਾ ਕਰਦੇ ਸੀ? 4-5 ਹਜ਼ਾਰ। ਦੱਸਿਆ ਕਿ ਤੁਸੀਂ ਜਿਹੜਾ ਘਰ ਦਾ ਸਮਾਨ ਸੀਗਾ ਉਹ ਵੇਚ ਵੇਚ ਕੇ ਇਹ ਪੂਰੀ ਤਰ੍ਹਾਂ ਨਸ਼ਾ ਕਰਦੇ ਸੀ। ਕਿੱਦਾਂ ਸਾਰਾ ਘਰ ਖਾਲੀ ਕਰ ਦਿੱਤਾ ਸੀਗਾ ਨਸ਼ੇ? ਹਾਂਜੀ। ਔਰ ਇਹ ਦੱਸ ਰਹੇ ਕਿ ਇਹਨਾਂ ਦੀ ਫੈਮਿਲੀ ਜਿਹੜੀ ਆ ਉਹ ਫੋਰਨ ਦੇ ਵਿੱਚ ਸੀਗੀ, ਇਹਨਾਂ ਨੂੰ ਖਰਚਾ ਵਗੈਰਾ ਭੇਜਦੀ ਸੀ, ਪਰ ਉਹ ਸਾਰਾ ਜੋ ਵੀ ਖਰਚਾ ਹੁੰਦਾ ਸੀਗਾ ਇਹ ਸਾਰਾ ਖਰਚਾ ਇਹ ਨਸ਼ਿਆਂ ਦੇ ਉੱਤੇ ਲਗਾ ਦਿੰਦੇ ਸੀ ਆਪਣੇ, ਵੇਚ ਵੇਚ ਕੇ ਉਹਨੂੰ ਘਰ ਦੇ ਬਰਤਨ ਤੱਕ ਵੀ ਇਹਨਾਂ ਨੇ ਵੇਚ ਦਿੱਤੇ ਸੀ। ਸਾਰਾ ਕੁਛ ਇਹਨਾਂ ਨੇ ਘਰ ਜਿਹੜਾ ਸੀਗਾ ਉਹ ਆਲਮੋਸਟ ਕਹਿੰਦੇ ਖਾਲੀ ਹੀ ਕਰ ਦਿੱਤਾ ਸੀ ਉਸ ਨਸ਼ੇ ਦੇ ਕਰਕੇ। ਔਰ ਉਸ ਤੋਂ ਬਾਅਦ ਦੱਸੋ ਕਿ ਤੁਸੀਂ ਫੈਮਿਲੀ ਦੇ ਨਾਲ ਕਿਸ ਤਰ੍ਹਾਂ ਰਹਿੰਦੇ ਹੁੰਦੇ ਸੀਗੇ ਆਪਣੀ ਫੈਮਿਲੀ ਨਾਲ? ਮੈਂ ਉਹਨਾਂ ਦੀ ਬਹੁਤ ਮਾਰ ਕੁੱਟ ਕਰਦਾ ਸੀਗਾ, ਅਤੇ ਜਦੋਂ ਵੀ ਮੈਨੂੰ ਕੋਈ ਕੁਛ ਕਹਿਣਾ ਤੇ ਮੈਂ ਉਹਨਾਂ ਦੇ ਅਗੇਂਸਟ ਜਾਂਦਾ ਸੀ। ਔਰ ਤੁਸੀਂ ਫੈਮਿਲੀ ਨੂੰ ਕੀ ਕਹਿੰਦੇ ਹੁੰਦੇ ਸੀਗੇ? ਵੀ ਮੈਂ ਸੁਸਾਈਡ ਕਰ ਲੈਣਾ। ਖੁਦਾ ਦੇ ਲਈ ਵੀ ਵਿਰੋਧ ਕਰਦੇ ਹੁੰਦੇ ਸੀਗੇ? ਹਾਂਜੀ, ਬਹੁਤ ਜ਼ਿਆਦਾ, ਜੇ ਤੁਸੀਂ ਚਰਚ ਗਏ ਮੈਂ ਮਰ ਜਾਣਾ। ਕੀ ਕੀ ਕੀਤਾ ਇਸ ਚੀਜ਼ ਦੇ ਲਈ ਤੁਹਾਡੀ ਫੈਮਿਲੀ ਨੇ ਨਸ਼ਾ ਛਡਾਉਣ ਲਈ? ਨਸ਼ਾ ਛਡਾਉਣ ਲਈ ਮੈਨੂੰ ਉਹਨੇ ਪਹਿਲਾਂ ਦੁਬਈ ਭੇਜਿਆ, ਦੁਬਈ ਵੀ ਨਹੀਂ ਜਾ ਕੇ ਮੈਂ ਨਸ਼ਾ ਛੱਡਿਆ। ਉਸ ਤੋਂ ਬਾਅਦ 1 ਸਾਲ ਲਈ ਮੈਨੂੰ ਨਸ਼ਾ ਛਡਾਊ ਕੇਂਦਰ ਰੱਖਿਆ। ਔਰ ਇੱਕ ਸਾਲ ਤੁਸੀਂ ਪੂਰਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਰਹੇ? ਹਾਂਜੀ। ਤੁਹਾਨੂੰ ਫਰਕ ਪਿਆ? ਨਹੀਂ, ਸੁਸਾਈਡ ਹਫ਼ਤੇ 'ਚ 4-5 ਵਾਰੀ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦਾ ਸੀ। ਫਿਰ ਘਰਦਿਆਂ ਨੇ ਮੈਨੂੰ ਸਿੰਗਾਪੁਰ ਭੇਜਤਾ, ਅਤੇ ਉੱਥੇ ਜਾ ਕੇ ਮੈਂ ਉਦੋਂ ਵੀ ਜ਼ਿਆਦਾ ਨਸ਼ਾ ਕਰਨਾ ਸ਼ੁਰੂ ਕਰਤਾ। ਉੱਥੇ ਆਈਸ, ਸਮੈਕ, ਕੈਪਸੂਲ, ਏ ਟੂ ਜੈਡ ਸਾਰੇ, ਉੱਥੇ ਵੀ ਜ਼ਿਆਦਾ ਨਸ਼ਾ ਕਰਨਾ ਸ਼ੁਰੂ ਕਰਤਾ। ਔਰ ਉਸ ਤੋਂ ਬਾਅਦ ਦੱਸੋ ਕੀ ਹੋਇਆ ਤੁਹਾਡੇ ਨਾਲ? ਉਸ ਤੋਂ ਬਾਅਦ ਮੈਂ ਆਪਣੇ ਜੂਮ 'ਤੇ ਲੇ ਹੈਂਡ ਦਾ ਫਾਰਮ ਭਰਿਆ, ਅਤੇ ਪਾਸਟਰ ਜੀ ਨੇ ਮੇਰੇ ਜੂਮ 'ਤੇ ਬਲਡ ਬੋਲੇ। 12 ਅਗਸਤ 2023 ਨੂੰ ਸੈਟਰਡੇ ਜੂਮ ਮੀਟਿੰਗ ਹੋਈ, ਔਰ ਇਹ ਜੂਮ ਮੀਟਿੰਗ ਦੇ ਵਿੱਚ ਜੁੜੇ ਔਰ ਪਰਮੇਸ਼ਵਰ ਦੇ ਦਾਸ ਨੇ ਵਰਡ ਬੋਲਿਆ। ਜਿਤਨੇ ਵੀ ਲੋਕ ਮੇਰੇ ਇਸ ਆਵਾਜ਼ ਕੋ ਸੁਣ ਰਹੇ, ਯੇਸ਼ੂ ਨਾਸੀ ਕੇ ਨਾਮ ਮੇ ਮੈਂ ਟੱਚ ਕਰਤਾ ਹੂੰ ਆਪਕੀ ਲਾਈਫ ਕੇ ਸਾਥ ਵੋ ਹਰ ਇੱਕ ਹਿੱਸਾ ਜੋ ਸ਼ੈਤਾਨ ਨੇ ਪਕੜਾ ਹੂਏ,
ਹਰ ਵੋ ਹਿੱਸਾ ਜਿਸਮੇ ਸ਼ੈਤਾਨ ਇੰਟਰਫੇਰੈਂਸ ਕਰ ਰਿਹਾ ਹੈ ਉਸਮੇ ਆ ਰਹਾ ਹੈ, ਮੈਂ ਯਿਸੂ ਨਾਸਰੀ ਕੇ ਨਾਮ ਮੇ ਕਮਾਂਡ ਕਰਤਾ ਹੂੰ ਦੁਸ਼ਟ ਕੀ ਸ਼ਕਤੀਓ ਕੋ, ਵੋ ਹਰ ਇੱਕ ਹਿੱਸੇ ਸੇ ਆਪਕੋ ਛੋੜੇ ਔਰ ਯਿਸੂ ਨਾਸਰੀ ਕੇ ਨਾਮ ਮੇ ਚਲਾ ਜਾਏ, ਆਜ਼ਾਦ ਹੋ ਜਾਓ ਅਭੀ ਇਸੀ ਵਕਤ, ਹਰ ਉਸ ਸ਼ੈਤਾਨ ਕੇ ਫੰਦੇ ਸੇ ਆਜ਼ਾਦ ਹੋ ਜਾਓ, ਛੋੜ ਜਾਓ ਯਿਸੂ ਨਾਸਰੀ ਕੇ ਨਾਮ ਮੇ, ਹਰ ਵੋ ਸ਼ੈਤਾਨ ਨੇ ਜੋ ਆਪਕੇ ਹਿੱਸੋਂ ਪਰ ਕਬਜ਼ਾ ਕੀਆ ਹੈ, ਮੈਂ ਬੋਲਤਾ ਹੂੰ ਆਜ਼ਾਦ ਹੋ ਜਾਓ ਯਿਸੂ ਨਾਸਰੀ ਕੇ ਨਾਮ ਮੇ। ਜਦੋਂ ਤੁਸੀਂ ਉਸ ਮੀਟਿੰਗ ਨੂੰ ਅਟੈਂਡ ਕੀਤਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ? ਬਹੁਤ ਵਧੀਆ ਲੱਗਾ, ਇੱਕਦਮ ਮੇਰੇ ਸਰੀਰ ਚੋਂ ਸਾਮਰਥੀ ਅੱਗ ਨਿਕਲੀ। ਜਦੋਂ ਅਗਲੇ ਦਿਨ ਸਵੇਰ ਨੂੰ ਉੱਠਿਆ ਤੇ ਇੱਕਦਮ ਮੈਂ ਟੋਟਲੀ ਚੇਂਜ ਹੋ ਗਿਆ ਸੀਗਾ, ਤੇ ਸਵੇਰ ਨੂੰ ਉੱਠ ਕੇ ਮੈਂ ਪ੍ਰਾਰਥਨਾ ਕੀਤੀ ਤੇ ਘਰ ਦੀਆਂ ਜਿੰਨੀਆਂ ਚੀਜ਼ਾਂ ਵੇਚੀਆਂ ਹੈਗੀਆਂ, ਜੇ ਮੈਂ 5 ਭਾਂਡੇ ਵਿੱਚ ਸੀਗੇ ਤੇ 100 ਭਾਂਡਾ ਲੈ ਗਿਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਜਦੋਂ ਡੈਵਿਲ ਤੁਹਾਡੀ ਲਾਈਫ ਨੂੰ ਛੱਡ ਕੇ ਜਾਂਦਾ ਤਾਂ ਜੋ ਗਵਾਇਆ ਹੁੰਦਾ ਉਹ ਸਭ ਵਾਪਸ ਆਉਂਦਾ। ਜ਼ੋਰ ਦੇ ਨਾਲ ਤਾਰੀਫ ਕਰੋ ਇਸ ਟੈਸਟਮਨੀ ਦੇ ਲਈ।